ਅੰਮ੍ਰਿਤਸਰ ਦੇ ਬਿਸ਼ਪ ਪ੍ਰਦੀਪ ਕੁਮਾਰ ਸਮੰਤਰੋਏ ਦੀ ਅਗਵਾਈ ਹੇਠ ਵੱਡੇ ਦਿਨ ਅਤੇ ਨਵੇਂ ਸਾਲ ਦੇ ਉਪਲਕਸ਼ ਵਿੱਚ ਅਮਨ ਉਤਸਵ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 19 ਅਕਤੂਬਰ 2018 ਨੂੰ ਦੁਸਹਿਰੇ ਵਾਲੇ ਦਿਨ ਰੇਲ ਹਾਦਸੇ ਦਾ ਸ਼ਿਕਾਰ ਲੋਕਾਂ ਦੇ ਪਰਿਵਾਰਾਂ ਵਾਸਤੇ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ। ਮਾਨਯੋਗ ਬਿਸ਼ਪ ਕੁਮਾਰ ਸਮੰਤਰੋਏ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਕਿਸੇ ਇੱਕ ਕੌਮ, ਜਾਤ ਜਾਂ ਬਰਾਦਰੀ ਵਾਸਤੇ ਨਹੀਂ, ਸਗੋਂ ਸਮੁੱਚੇ ਸੰਸਾਰ ਦੇ ਉਧਾਰ ਅਤੇ ਸ਼ਾਂਤੀ ਵਾਸਤੇ ਧਰਤੀ ਉੱਤੇ ਆਏ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ SEDP ਦੇ ਡਾਇਰੈਕਟਰ ਅਤੇ ਪ੍ਰਾਪਰਟੀ ਮੈਨੇਜਰ ਡੈਨੀਅਲ ਬੀਦਾਸ ਨੇ ਦੱਸਿਆ ਕਿ ਅਮਨ ਦਾ ਉਤਸਵ ਹਰ ਸਾਲ ਭੰਡਾਰੀ ਪੁਲ ਉੱਤੇ ਆਯੋਜਿਤ ਕੀਤਾ ਜਾਂਦਾ ਹੈ ਤਾਂ ਜੋ ਮਨੁੱਖਤਾ ਨੂੰ ਅਮਨ ਅਤੇ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾਵੇ। ਉਤਸਵ ਵਿੱਚ ਹੋਰਨਾਂ ਤੋਂ ਇਲਾਵਾ ਪਾਦਰੀ ਅਯੂਬ ਡੈਨੀਅਲ, ਪਾਦਰੀ ਲਿਲੀ ਸਮੰਤਰੋਏ, ਪਾਦਰੀ ਰਾਜਕੁਮਾਰ, ਪਾਦਰੀ ਸਟੀਫਨ ਮਸੀਹ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਮੈਂ ਬਿਸ਼ਪ ਪ੍ਰਦੀਪ ਕੁਮਾਰ ਸਮੰਤਰਾਏ, ਬਿਸ਼ਪ ਡਾਇਸ ਆਫ ਅੰਮ੍ਰਿਤਸਰ, ਚਰਚ ਆਫ ਨੌਰਥ ਇੰਡੀਆ, ਜਿਤਨੇ ਵੀ ਯਹਾਂ ਪਾਦਰੀ ਸਾਹਿਬਾਨ ਹੈ ਔਰ ਸੈਂਟ ਪੌਲ ਚਰਚ ਕੀ ਓਰ ਸੇ ਆਪ ਸਭਕੋ ਮੇਰੀ ਕ੍ਰਿਸਮਸ ਬੋਲਤਾ ਹੂੰ। ਆਪ ਜਿਸੇ ਦੇਖ ਰਹੇ ਕ੍ਰਿਸਮਸ ਕੀ ਤਿਆਰੀ ਚੱਲ ਰਹੀ ਹੈ ਔਰ ਆਜ ਜੋ ਹੈ ਯੂਨਾਈਟਿਡ ਕੈਂਡਲ ਲਾਈਟ ਸਰਵਿਸ ਯਹਾਂ ਹਮ ਚਰਚ ਮੇਂ ਕਰੇਂਗੇ, ਉਸਕੇ ਬਾਅਦ ਹਮ ਭੰਡਾਰੀ ਬ੍ਰਿਜ ਜਾਏਂਗੇ, ਭੰਡਾਰੀ ਪੁਲ ਪੇ ਵਹਾਂ ਸ਼ਾਂਤੀ ਮਹੋਤਸਵ ਹੈ ਕਿਉਂਕਿ ਯਿਸੂ ਮਸੀਹ ਕੋ ਸ਼ਾਂਤੀ ਕਾ ਰਾਜਕੁਮਾਰ ਕਿਹਾ ਜਾਤਾ ਹੈ ਔਰ ਕ੍ਰਿਸਮਸ ਕੇ ਸਮੇਂ ਮੇਂ ਜਬਕਿ ਹਮ ਯਿਸੂ ਮਸੀਹ ਕੇ ਇਸ ਦੁਨੀਆ ਮੇਂ ਆਨੇ ਕਾ ਵਿਸ਼ੇ ਕੋ ਮਨਾਤੇ ਹੈ, ਹਮ ਸਾਰੇ ਸੰਸਾਰ ਕੇ ਲੀਏ, ਹਮਾਰੇ ਦੇਸ਼ ਕੇ ਲੀਏ, ਪੰਜਾਬ ਕੇ ਲੀਏ ਪ੍ਰਾਰਥਨਾ ਕਰਨਾ ਚਾਹਤੇ ਹੈ ਕਿ ਹਮਾਰੇ ਦੇਸ਼ ਮੇਂ, ਹਮਾਰੇ ਮੁਲਕ ਮੇਂ ਸ਼ਾਂਤੀ ਹੋ ਔਰ ਖਾਸਕਰ ਅੰਮ੍ਰਿਤਸਰ ਮੇਂ ਜੋ ਟ੍ਰੇਨ ਐਕਸੀਡੈਂਟ ਹੁਆ ਜਿਸ ਮੇਂ ਬਹੁਤ ਸਾਰੇ ਲੋਕ ਮਰੇ, ਘਾਇਲ ਹੋਏ, ਉਨਕੇ ਪਰਿਵਾਰ ਕੇ ਲਈ, ਉਨਕੇ ਲਈ ਹਮ ਸ਼ਰਧਾਂਜਲੀ ਅਰਪਿਤ ਕਰਨਾ ਚਾਹਤੇ ਹੈ ਕਿਉਂਕਿ ਆਜ ਉਨਕੇ ਲਈ ਖੁਸ਼ੀ ਕਾ ਕੋਈ ਕਾਰਨ ਨਹੀਂ ਹੈ, ਉਹ ਬਹੁਤ ਦੁਖਿਤ ਹੈ, ਤੋ ਉਨਕੋ ਹਮ ਆਸ਼ਵਾਸਨ ਦੇਣਾ ਚਾਹੀਏ ਚਾਹਤੇ ਹੈ ਕਿ ਹਮਾਰੀ ਪ੍ਰਾਰਥਨਾਏ ਉਨਕੇ ਸਾਥ ਹੈ, ਉਨਕੇ ਪਰਿਵਾਰ ਮੇਂ ਖੁਦਾ ਉਨਕੋ ਸ਼ਾਂਤੀ ਦੇ। ਬਾਕੀ ਜੋ ਆਜ ਦੁਨੀਆ ਮੇਂ ਹੋ ਰਹਾ ਹੈ ਕਿ ਸਭ ਸਮਾਜ ਇਤਨਾ ਲੋਕ ਅਸ਼ਾਂਤ ਹੈ, ਹਮ ਇਹ ਕਹਿਣਾ ਚਾਹਤੇ ਹੈ ਕਿ ਯਿਸੂ ਮਸੀਹ ਕਾ ਆਨੇ ਕਾ ਕਾਰਨ ਇਹ ਥਾ ਕਿ ਉਹ ਜਗਤ ਕਾ ਉਧਾਰ ਕਰੇ, ਲੋਕਾਂ ਕਾ ਉਧਾਰ ਕਰੇ ਔਰ ਜਗਤ ਮੇਂ ਸ਼ਾਂਤੀ ਔਰ ਨਿਆਂ ਕੀ ਪ੍ਰਤਿਸ਼ਠਾ ਕਰੇ, ਉਸਕੀ ਸਥਾਪਨਾ ਕਰੇ। ਤੋ ਹਮ ਜੋ ਯਿਸੂ ਮਸੀਹ ਕੋ ਮਾਨਤੇ ਹੈ, ਹਮ ਸਭਕੋ ਇਹ ਆਹਵਾਨ ਦੇਣਾ ਚਾਹਤੇ ਹੈ ਕਿ ਹਮ ਸਭ ਮਿਲਕਰ ਹਮਾਰੇ ਸਮਾਜ ਮੇਂ, ਹਮਾਰੇ ਦੇਸ਼ ਮੇਂ ਸ਼ਾਂਤੀ ਔਰ ਨਿਆਂ ਕੀ ਪ੍ਰਤਿਸ਼ਠਾ ਕਰੇ ਔਰ ਬਾਕੀ ਲੋਕੋਂ ਕੋ ਜਿਨਕੋ ਬਚਾਨੇ ਕੇ ਲੀਏ, ਜਿਨਕੋ ਸਰਵ ਕਰਨੇ ਕੇ ਲਈ, ਜਿਨਕੀ ਸੇਵਾ ਕਰਨੇ ਕੇ ਲਈ ਯਿਸੂ ਮਸੀਹ ਕਾ ਯਿਸੂ ਮਸੀਹ ਆਇਆ, ਇਸੇ ਜੋ ਗਰੀਬ ਹੈ, ਜੋ ਕੁਚਲੇ ਹੋਏ ਹੈ, ਜੋ ਅੱਜ ਦੁਖੀ ਹੈ, ਇਸੇ ਲੋਕ ਕੀ ਹਮ ਮਦਦ ਕਰੇ ਕਿਉਂਕਿ ਯਿਸੂ ਮਸੀਹ ਇਹੀ ਕਿਹਾ ਕਿ ਮੈਂ ਲੋਕਾਂ ਕੋ ਜੀਵਨ ਦੇਣੇ ਕੇ ਲੀਏ, ਬਹੁਤਾਇਤ ਕੀ ਜ਼ਿੰਦਗੀ ਦੇਣੇ ਕੇ ਲੀਏ ਆਇਆ ਹੂੰ ਔਰ ਇਹੀ ਕ੍ਰਿਸਮਸ ਕਾ ਸਹੀ ਮੈਸੇਜ ਹੈ। ਵਾਂਸ ਅਗੇਨ ਮੇਰੀ ਕ੍ਰਿਸਮਸ ਔਰ ਨਯਾ ਸਾਲ 2019 ਆਪ ਸਭ ਕੇ ਲੀਏ ਢੇਰ ਸਾਰੀ ਖੁਸ਼ੀਆਂ ਲੈ ਕਰ ਆਏ, ਬਹੁਤ ਸਕਸੈਸ ਲੈ ਕੇ ਆਏ। ਥੈਂਕ ਯੂ।